ਨਮਸਕਾਰ ਦਰਸ਼ਕੋ ਪਹਿਲੇ ਤੇ ਸੂਰੇ ਦੀਪਤੇ ਕੀ ਪ੍ਰਣਾਮ ਨਮਸਕਾਰ ਇਹ ਦੂਦਰਾਜ ਪਾੜੀ ਇਲਾਕੇ ਚ ਬੜਲੇ ਦੀਆਂ ਤਸਵੀਰਾਂ ਡੇਲੀ ਜੰਮੂ ਚੈਨਲ ਦੁਸੰਗੀ ਦੱਸਾ ਕਰਦਾ ਹੈ ਕਿ ਅੰਜੀ ਦੂਦਰਾਜ ਪਾੜੀ ਇਲਾਕੇ ਚ ਕਾਫੀ ਬੂਟੇ ਦਾ ਬੂਟੇ ਦੀ ਆਵਾਵਾਰ ਹੁੰਦੀ ਹੈ ਜਿੱਥੇ ਸ਼ੁੱਧ ਵਾਤਾਵਰਣ ਰਹਿੰਦਾ ਹੈ ਜਿਹਦੇ ਕਾਰਨ ਇਹ ਲੋਕ ਕਾਫੀ ਇਹਨਾਂ ਬਿਮਾਰੀਆਂ ਕੋਲ ਦੂਰ ਰਹਿੰਦੇ ਨੇ ਕਿ ਅੰਜੀ ਸ਼ਹਿਰ ਚ ਤੇ ਸਿਰਫ ਗੱਡੀਆਂ ਦੇ ਗੱਡੀਆਂ ਰੋਂਦੀਆਂ ਨਾ ਇੱਥੇ ਪੇੜ-ਪੋਦੇ ਰੋਂਦੇ ਨਾ ਇੰਨਾ ਫਰਕ ਹੈ ਸ਼ਹਿਰ ਚ ਤੇ ਦੂਰ ਦਰਾਜ ਪੜੀ ਇਲਾਕੇ ਚ ਜਿੱਥੇ ਅੱਛਾ ਵਾਤਾਵਰਨ ਰੋਂਦਾ ਹੈ ਤੇ ਕਾਫੀ ਠੰਡਾ ਮੌਸਮ ਵੀ ਰੋਂਦਾ ਹੈ ਕਿੰਦੇ ਇਸ ਵੇਲੇ ਸਰਦੀ ਤੇ ਜਰੂਰ ਬਦੀ ਗਈ ਈ ਹੈ ਲੋਕਿੰਗ ਗਰਮ ਕੱਪੜੇ ਵੀ ਕੱਢੀ ਲੈ ਦੇਣਾ ਪਰ ਦੂਰ ਦਰਾਜ ਪਹਾੜੀ ਇਲਾਕੇ ਚ ਗਰਮੀਆਂ ਚ ਇਹ ਮੌਸਮ ਹੋਰ ਵੀ ਸ਼ਾਇਦ ਹੁੰਦਾ ਹੈ ਕਿ ਜੇ ਗਰਮੀਆਂ ਚ ਸ਼ਹਿਰੀ ਹਲੀ ਬਕੀ ਕਾਫੀ ਸਰਦੀ ਗਰਮੀ ਰੋਂਦੀ ਹੈ ਪਰ ਪਹਾੜੀ ਇਲਾਕੇ ਚ ਮੌਸਮ ਚ ਕਾਫੀ ਫਰਕ ਰੋਂਦਾ ਹੈ ਕਿ ਜੇ ਇਹਨੇ ਪੇੜ-ਪੋਦਿੰਗ ਨੇ ਫਰਫਰ ਆਵਾ ਕਨੇ ਕਾਫੀ ਅੱਛਾ ਵਾਤਾਵਰਨ ਰੋਂਦਾ ਹੈ ਸਰਦੀ ਤੇ ਜ਼ਰੂਰ ਹੁੰਦੀ ਹੈ ਪਹਾੜੀ ਲੱਕੇ ਚ ਮਤੀ ਹੁੰਦੀ ਹੈ ਪਰ ਜਿਹੜਾ ਵਾਤਾਵਰਣ ਹੈ ਉਹ ਕਾਫੀ ਸ਼ੁੱਧ ਰੋਂਦਾ ਹੈ ਦੋਸਤੋ ਤੁਸੀਂ ਦੇਖਿਆ ਕਰ ਦਿਓ ਬਰਡਲੇ ਦੀਆਂ ਤਸਵੀਰਾਂ ਦੂਦਰਾਜਪੜੀ ਇਲਾਕੇ ਚ ਡੇਲੀ ਜੰਮੂ ਚੈਨਲ ਲਾਈਵ ਤੁਸਾਂ ਕੀ ਦੱਸਿਆ ਕਰਦਾ ਹੈ ਕਿ ਇਹ ਜੇ ਨਿਕਨ ਕੀ ਬਦਲ ਵੀ ਸ਼ਾਇਦ ਨਾ ਪਰ ਸਰਦ ਮੌਸਮ ਕੰਨੇ ਧੁੱਪ ਵੀ ਨਿਕਲਾ ਕਰਦੀ ਹੈ ਇਹ ਬੜਲੀ ਦੀਆਂ ਤਸਵੀਰਾਂ ਦੂਦਰਾਜ ਪਹਾੜੀ ਇਲਾਕੇ ਚ ਜਿੱਥੇ ਲੋਕਿੰਦਾ ਰੋਨਬੋਨ ਕਾਫੀ ਦੂਦਰਾਜ ਇਲਾਕੇ ਚ ਰਹੁੰਦਾ ਹੈ ਪਰੇਸ਼ਾਨੀ ਵੀ ਰਹਿੰਦੀ ਹੈ ਕਿੰਜੇ ਰੋਡ ਪਾਣੀ ਦੀ ਦਿੱਕਤ ਰਹਿੰਦੀ ਹੈ ਇਹਨੇ ਕੀ ਕੁਦੇ ਸ਼ਹਿਰ ਚ ਜਾਣੇ ਬਸਤੇ ਸੜਕ ਵੀ ਦੂਰਾਂ ਜਾਈਏ ਗੱਡੀ ਥੋਂਦੀ ਹੈ ਪਰ ਜਿਹੜਾ ਆਪਣਾ ਰੋਨਬੋਨ ਤੇ ਵਾਤਾਵਰਣ ਚ ਅੱਛਾ ਮੌਸਮ ਤੇ ਕਾਫੀ खुश रोंद पहाड़ी इलाके लोग कि गडियों के शोर शराबे वातावरण को गड्डियों के शोर शराबे प्रदूषण को काफी दूर ते अच्छे वातावरण च अपनी जिंदगी बतीत कराते दूर दराज पहाड़ी इलाके तस्वीरां काफी हाइट पर साड़ी टीम इतुआ निकल करी पर तस्वीर दसा कर इस पहाड़ी इलाके दूर दराज पहाड़ी इलाके जितें ਕਾਫੀ ਆਈ ਟੂ ਪਰ ਤੁਸੀਂ ਦੇਖਿਆ ਕਰ ਦਿਓ ਇਹ ਦੂਰ ਦੂਰ ਕਾਫੀ ਪਹਾੜੀਆਂ ਵੀ ਐ ਨਾ ਇਥੂਆਂ ਰਾਤੀ ਇਸ ਆਈ ਟੂ ਪਰ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਵੀ ਹੁੰਦੇ ਨੇ ਜਿਸ ਜਗਤ ਮੈਂ ਤੁਸੀਂਗੀ ਇਸ ਵੇਲੇ ਫੋਕਸ ਕਰੀਏ ਦੱਸਣਾ ਇਸ ਜਗਤ ਮਾਤਾ ਵੈਸ਼ਨੂ ਦੇਵੀ ਦੇ ਲਾਈਟਾਂ ਜਗਮਗਾਉਂਦੀਆਂ ਨਾ ਇਸ ਇਸ ਜਗਤမှာ ਸਾਫ ਜਿਹੜੀਆਂ ਮਾਤਾ ਵੈਸ਼ਨੂ ਦੇਵੀ ਦੀਆਂ ਲਾਈਟਾਂ ਤੇ ਦਰਸ਼ਨ ਬੀ ਉਹਨਾਂ ਨੇ ਇਹ ਲੋਕਾਂ ਕੀ ਦੂਰ ਦਰਾਜ ਰਜੋਰੀ ਦਾ ਪੜੀ ਇਲਾਕਾ ਹੈ ਪਰ ਇੰਨੀ ਹਾਈਟ ਉੱਪਰ ਹੈ ਜਿੱਥੂਆਂ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਵੀ ਇਹਨੇ ਲੋਕਾਂ ਕੀ ਉਹ ਜਾਣਦੇ ਨੇ ਇਹ ਦੋਸਤੋ ਦੂਰ ਦਰਾਜ ਪੜੀ ਇਲਾਕੇ ਦੀਆਂ ਤਸਵੀਰਾਂ ਜਿੱਥੇ ਬੜ ਲਏ ਸੂਰ ਦੇਵਤਾ ਵੀ ਨਿਕਲਾ ਕਰਦੇ ਨੇ ਪਰ ਥੋੜਾ ਥੋੜਾ ਬਦਲ ਵੀ ਸ਼ਾਇਦ ਹੈ ਨਾ ਪਰ ਫਿਰ ਵੀ ਅੱਛੇ ਮੌਸਮ ਕਨੇ ਅੱਛਾ ਵਾਤਾਵਰਣ ਜਿਹੜਾ ਦੂਰ ਦਰਾਜ ਪਹਾੜੀ ਇਲਾਕੇ ਚ ਰਹਿੰਦਾ ਹੈ ਕਿਹਾਂ ਜੀ ਸ਼ਹਿਰ ਚ ਸਿਰਫ ਤੁਸੀਂ ਕੀ ਗੱਡੀਆਂ ਗਏ ਗੱਡੀਆਂ ਥੋਂਗਣ ਪਰ ਇੱਥੇ ਅਰੇ ਬਰੇ ਬੂਟੇ ਦੇ ਵਿੱਚ ਹੋਰ ਵੀ ਮਜ਼ਾ ਰਹਿੰਦਾ ਹੈ ਇਹ ਦੋਸਤੋ ਦੂਰ ਦਰਾਜ ਪਹਾੜੀ ਇਲਾਕੇ ਦੀਆਂ ਤਸਵੀਰਾਂ ਜਿਹੜੀਆਂ ਅੱਜ ਸਾਡੇ ਚੈਨਲ ਨੇ ਤੁਹਾਡੇ ਕਨੇ ਸਾਂਝੀਆਂ ਕੀਤੀਆਂ ਨਾ ਇਸ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਲਾਈਕ ਤੇ ਸਾਡੇ ਚੈਨਲ ਕੀ ਸਬਸਕ੍ਰਾਈਬ ਕਰਿਓ ਤਾਂ ਜੇ ਅਸਨ ਨਵੀਂ ਨਵੀਆਂ ਵੀਡੀਓ ਤੇ ਅچھے ਕਨਸੈਪਟ ਕਰਨੇ ਤੜ ਕਰਨੇ ਔਰ ਚੀਜ਼ਾਂ ਲਈਏ ਤੇ ਤੁਸੀਂ ਕੀ ਆਪਣੇ ਚੈਨਲ ਉਪਰ ਦੱਸ ਜੈ ਜੈ ਮਾਤਾ ਦੀ